ਸੋਈ ਵੱਡਾ ਜੀਨੇ ਰਾਮ ਲੇਵ ਲਈ ਐ ਸੋਈ ਵੱਡਾ ਜੀਨੇ ਰਾਮ ਲੇਵ ਲਈ ਐ ਸੋਈ ਵਡਾ ਜੀ ਨੇ ਰਾਮ ਲੇ ਬਲਾਈਆ ਸੋਈ ਵਡਾ ਜੀ ਨੇ ਰਾਮ ਲੇ ਬਲਾਈਆ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਨਰਾਮ ਲੈ ਬਲਾਈ ਜਿਨਾਂ ਨਾਂ ਬਿਸਰੇ ਨਾਮ ਸੇਕ ਨੇਹਿਆ ਭੇਦ ਨ ਜਾਣੋ ਮੋਲ ਸਾਈਂ ਜੇਹਿਆ ਆਓ ਗੁਰੂ ਰੂਪ ਸਾਧ ਸੰਗਤ ਸੰਤ ਜੀ ਮਹਾਰਾਜ ਰੜੇ ਸਭ ਆਲਿਆਂ ਦੀ 39ਵੀਂ ਵਰਸੀ ਦੇ ਸੰਬੰਧ ਦੇ ਵਿੱਚ ਸੁਤਦਾਰਾ ਅਰ ਲక్ష్ਮੀ ਪਾਪੀ ਕੇ ਪੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਈ 47ਵੀਂ ਵਰਸੀ ਦੇ ਸੰਬੰਧ ਦੇ ਵਿੱਚ ਆਪਾਂ ਇਕੱਤਰ ਹੋਏ ਆ ਸਾਧ ਸੰਗਤ ਜੀ ਜੋਗੋ ਜੋਗੋ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਨੂੰ ਦਰਸ਼ਨ ਬਖਸ਼ ਰਹੇ ਹਨ ਉਦਮ ਉਪਰਾਲਾ ਸ੍ਰੀ ਮਨ ਸੰਤ ਬਾਬਾ ਮਾਨ ਸਿੰਘ ਜੀ ਭਿਓਵੇ ਵਾਲੇ ਜਿਨ੍ਹਾਂ ਨੂੰ ਤਾਰਾ ਸੰਸਾਰ ਜਾਣਦਾ ਹੈ ਭਾਵੇਂ ਨਾਮ ਕਰਕੇ ਭਾਵੇਂ ਪਦਾਰਥਾਂ ਕਰਕੇ ਕਿਤੇ ਵੀ ਸਮਾਗਮ ਹੋਵੇ ਸੰਤ ਮਹਾਰਾਜੀਆਂ ਦਾ ਜਨਮ ਦਿਹਾੜਾ ਹੋਵੇ ਉਹਤੇ ਪਦਾਰਥਾਂ ਦਾ ਵੀ ਅੰਤ ਹੀ ਨਹੀਂ ਇਹ ਹੈ ਤਨ ਦੀ ਖੁਰਾਕ ਸਾ ਸੰਗਤ ਰੋਹ ਦੀ ਖੁਰਾਕ ਹੈ ਭਜਨ ਜਿਹੜੀ ਰੋਹ ਦੀ ਖੁਰਾਕ ਹੈ ਭਜਨ ਹੈ ਉਹ ਮਹਾਪੁਰਸ਼ ਸਾਧ ਸੰਜੀ ਆਪ ਜਪਦੇ ਹਨ ਆਪ ਜਪੇ ਅਵਰਾ ਨਾਮ ਜਪਾਵੇ ਜਾਂਪਾਂ ਪੜਦਿਆਂ ਜਨਮ ਮਰਨ ਦੋਹੋ ਮੈਂ ਨਹੀਂ ਜਾਣ ਪਰ ਉਪਕਾਰੀ ਆਏ ਪਰ ਉਪਕਾਰ ਕੀ ਕੀਤਾ ਸਾਧ ਸੰਗਤ ਉਪਕਾਰ ਆਪਾਂ ਕਰਦੇ ਆਂ ਪਰਿਵਾਰ ਦੀ ਪਾਲਣਾ ਕਰਦੇ ਆਂ ਕੰਮਕਾਰ ਕਰਦੇ ਆਂ ਦੂਸਰਿਆਂ ਦਾ ਭਲਾ ਕਰਨਾ ਉਹ ਫਿਰ ਜਿਹੜੀ ਡਿਊਟੀ ਹੈ ਉਹ ਹੈ ਮਹਾਪੁਰਸ਼ਾਂ ਦੀ ਮਹਾਪੁਰਸ਼ ਕੀ ਪਰ ਉਪਕਾਰ ਕਰਦੇ ਨੇ ਸਭ ਤੋਂ ਜਿਹੜਾ ਵੱਡਾ ਪਰ ਉਪਕਾਰ ਹੈ ਸਾਧ ਸੰਗਤ ਜੀ ਉਹ ਹੈ ਕਿਸੇ ਭੁੱਲੇ ਭਟਕੇ ਨੂੰ ਰੱਬ ਤੋਂ ਟੁੱਟੇ ਹੋਏ ਨੂੰ ਨਾਮ ਜਪਾ ਕੇ ਰੱਬ ਦੇ ਨਾਲ ਜੋੜ ਦੇਣਾ ਇਹ ਸਭ ਤੋਂ ਵੱਡਾ ਪਰ ਉਪਕਾਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੌਣ ਵੱਡਾ ਮਾਇਆ ਵੱਡਿਆ ਜਿਹਦੇ ਕੋਲ ਮਾਇਆ ਹੈ ਉਹ ਵੱਡੇ ਹਨ ਨਹੀਂ ਸਾਧ ਸੰਗ ਜੀ ਜੇ ਮਾਇਆ ਕਰਕੇ ਵੱਡੇ ਹੁੰਦੇ ਲੰਕਾ ਗੱਡ ਸੋਇਨੇ ਕਾ ਪਿਆ ਸੋਨੇ ਦੀ ਲੰਕਾ ਸੀ ਸੋਨੇ ਦੀ ਸਾਧ ਸੰਗ ਜੀ ਆਪਣੇ मुंदਰੀ ਪਾਈ ਹੋਵੇ ਕੜਾ ਪਾਇਆ ਹੋਵੇ ਲ ਕੋਲ ਕੋ ਰੱਖਦੇ ਆ ਪਰ ਸੋਨੇ ਦੀ ਲੰਕਾ ਮੂਰਖ ਰਾਵਣ ਕਿਆ ਲੈ ਗਿਆ ਰਾਵਣ ਕੋਈ ਸਾਧ ਸੰਗ ਜੀ ਚਾਰ ਵੇਦਾਂ ਦਾ ਗਿਆਤਾ ਪਾਠੀ ਸੀ ਵਿਦਵਾਨ ਸੀ ਗਲਤੀ ਓਏ ਹੋਈ ਦੂਸਰੇ ਦੀ ਪਤਨੀ ਨੂੰ ਚਲੋ ਆਪਾਂ ਸਾਧ ਸੰਗ ਜੀ ਦੂਸਰੇ ਦੀ ਪਤਨੀ ਨੂੰ ਇਸਤਰੀ ਨੂੰ ਕਹਿ ਲਓ ਚੁੱਕ ਕੇ ਲੈ ਗਿਆ ਇਹ ਗਲਤੀ ਹੋਈ ਮਾਇਆ ਕਰਕੇ ਜੇ ਕੋਈ ਵੱਡਾ ਹੁੰਦਾ ਕੌਣ ਵੱਡਾ ਮਾਇਆ ਵੱਡਿਆ ਨਹੀਂ ਮਹਾਰਾਜ ਕਹਿੰਦੇ ਸੋਹ ਵੱਡਾ ਜਨ ਰਾਮ ਲਿਵ ਲਾਈ ਉਹ ਵੱਡੇ ਹਨ ਜਿਨੇ ਪਰਮੇਸ਼ਰ ਦੇ ਨਾਲ ਆਪਣੀ ਸੁਰਤੀ ਬਿਰਤੀ ਜੋੜ ਲਈ ਜਿਹਦੀ ਬਿਰਤੀ ਜੁੜ ਗਈ ਸਾਧ ਸੰਗ ਜੀ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖ ਦਿੱਤਾ ਹਰ ਹਰ ਜਨ ਦੁਈ ਏਕ ਹੈ। ਇਹ ਵੀ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਪ੍ਰਸ਼ਨ ਉਹ ਕਿਹੋ ਜੇ ਹਨ? ਜਿਨ੍ਹਾਂ ਨੂੰ ਕਦੇ ਵੀ ਵਾਹਿਗੁਰੂ ਦਾ ਸਿਮਰਨ ਵਿਸਰਦਾ ਨਹੀਂ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਇਹੋ ਜੇ ਹਨ ਪੁਛਿਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਤੋਂ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਪਰਮੇਸ਼ਰ ਤੇ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਕੋਈ ਭੇਦ ਭਾਵ ਨਹੀਂ ਇੱਕੋ ਹੀ ਸਰੂਪ ਸਾਧ ਸੰਗ ਜੀ ਇੱਕੋ ਜੋਤ ਕਹਿ ਲਓ ਉਹ ਸਨ ਸੰਤ ਮਹਾਰਾਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਧੰਨ ਬਾਬਾ ਅਤਰ ਸਿੰਘ ਮਹਾਰਾਜੀਆਂ ਦੀ ਸੇਵਾ ਕੀਤੀ ਰੇਰੂ ਸਾਹਿਬ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਪਸਥਾਨ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲਿਆਂ ਦੇ ਕੋਲ ਜਦੋਂ ਦਰਸ਼ਨ ਕਰਨ ਵਾਸਤੇ ਲਾਈਨਾਂ ਲਗੀਆਂ ਹਨ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਹੱਥ ਜੋੜੀ ਬੇਨਤੀ ਕੀਤੀ ਔਰਸ਼ਾ ਮੰਗਲਾ ਕੀ ਮੰਗਦਾ ਪਹਿਲਾ ਵਿਚਾਰ ਸੀ ਵੀ ਨਾਮਦਾਨ ਮੰਗਾਗੇ ਪਰ ਜਦੋਂ ਮਹਾਪੁਰਸ਼ਾਂ ਕੋਲ ਗਏ ਟਾਡੀ ਕੋ ਮੰਗਣ ਚਤਨਾ ਆਵੇ ਪਰ ਅਬ ਦੇਖਦੇ ਆਂ ਦੁੱਖ ਭੁੱਖ ਗਈ ਕੀ ਮੰਗਿਆ ਸਾਹਾ ਸੰਗੀ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਗੁਰੂ ਘਰ ਦੀ ਸੇਵਾ ਸੇਵਾ ਕੋ דוਉ ਭਲੇ ਏਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਹਾਪੁਰ ਸ਼ਾਹ ਦਰਾਹੇ ਕੋਲ ਰਾਮਪੁਰ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਥਾਨ ਹੈ ਜਾ ਕੇ ਸੇਵਾ ਕਰ ਸੇਵਾ ਆਰੰਭ ਕਰ ਦਿੱਤੀ। ਧੋਖੇ ਦੀ ਛਾਪੜੀ ਪੱਕਾ ਭੋਰਾ ਸਾਹਿਬ ਜਿਸ ਤੋਂ ਦਾਸਰਿਆਂ ਦਾ ਜੱਥਾ ਆਇਆ ਹੈ ਤਪ ਆਸਥਾਨ ਗੁਰਦੁਆਰਾ ਸ੍ਰੀ ਅੱਤਰਸਰ ਸਾਹਿਬਾ ਜਉਣ ਸੰਗਰੀ ਕੋਹੀ। ਵਿਚਾਰ ਆਸਥਾਨ ਸੰ મહਾਪੁਰਸ਼ ਸਮਾ ਬੰਡਿਆ ਹੋਇਆ ਸੀ ਸਾਧ ਸੰਗਤ ਜੀ ਕਿਤੇ ਇਸ਼ਨਾਨ ਕਰਨਾ ਪੱਕੇ ਭੋਰੇ ਸਾਹਿਬ ਬਾਬਾ ਜੂਨ ਸਿੰਘ ਦੀ ਜੋਖ ਹੋਈ ਪੋਰਾ ਸਾਹਿਬ ਬਣਿਆ ਹੈ ਉੱਥੇ ਆ ਕੇ ਤਪ ਕਰਨਾ ਸਿਮਰਨ ਬੰਦਗੀ ਕਰਨੀ ਸਗਲੀ ਧਰਤੀ ਸਾਧ ਕੀ ਤਸਕਰ ਵੈਸਾ ਹੈ ਗਾਹੀ ਚੌਂਕੜਾ ਮਾਰ ਕੇ ਪੋਰਾ ਸਾਹਿਬ ਵਿੱਚ ਬੈਠ ਜਾਣਾ ਸਾਧ ਸੰਗ ਜੀ ਸੰਤ ਮਹਾਰਾਜ ਜੀ ਵੱਡਿਆਂ ਨੇ ਗੜਬਾ ਚੱਕਿਆ ਟੋਟੇ ਮਹਾਰਾਜ ਜੀ ਨਾਲ ਸੇਵਾਦਾਰ ਜਦੋਂ ਅੰਦਰ ਬੈਠੇ ਸਿਮਰਨ ਬੰਦਗੀ ਕਰਦੇ ਹਨ ਤੇ ਬਾਹਰੋਂ ਕੁਝ ਜਿਵੇਂ ਕੋਈ ਬੱਚਾ ਰੋਂਦਾ ਹੈ ਆਵਾਜ਼ ਆਈ ਪਹਿਲਾ ਨਾਮ ਮਹਾਰਾਜਿਆਂ ਦਾ ਗੁਲਾਬ ਸਿੰਘ ਸੀ ਸਾਧ ਸੰਗਤ ਮਾਤਾ ਪਿਤਾ ਨੇ ਬੜੇ ਚਾਹ ਦੇ ਨਾਲ ਨਾਮ ਰੱਖਿਆ ਆਪਾਂ ਵੀ ਰੱਖਦੇ ਆ ਜਿਵੇਂ ਸੰਤ ਬਾਬਾ ਰਤਨ ਸਿੰਘ ਮਹਾਰਾਜਿਆਂ ਦਾ ਨਾਮ ਸੀ ਗੁਰਮukh ਸਿੰਘ ਪਹਿਲਾ ਮਹਾਪੁਰਸ਼ਾਂ ਨੇ ਫਿਰ ਅਮਰਤ ਛਕਾ ਕੇ ਇਹ ਨਾਮ ਰੱਖਿਆ ਤੇ ਸਾਧ ਸੰਗਤ ਜੀ ਮਹਾਰਾਜੇ ਨੂੰ ਅੰਦਰ ਸੱਦ ਕੇ ਉਕਲ ਵਿੱਚ ਲਿਆ ਗੁਲਾਬ ਸਿਆਣ ਇਤਨਾ ਬਰਾਗ ਆ ਜਿਹੜੀ ਮੈਂ ਬੰਦਗੀ ਕਰਦਾ ਹਾਂ ਆਪਣੇ ਵਾਸਤੇ ਨਹੀਂ ਇਹ ਮੈਂ ਤੇਰੇ ਵਾਸਤੇ ਕਰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਵਾਸਤੇ ਮੈਂ ਤਾਂ ਸਾਦਗੀ ਦੇ ਵਿੱਚ ਜੀਵਨ ਵਚੀਤ ਕਰ ਦਿੱਤਾ ਹੱਦਰ ਦੇ ਵਸਤਰ ਸਾਧ ਸੰਗ ਜੇਠੇ ਪੈਰ ਦੋ ਗਰਾਹੀਆਂ ਭੋਜਨ ਛਕਣਾ ਤੂੰ ਹੈਂਗਾ ਚੰਦੀਪਾ ਟਸੰਤ ਦੇਸਾਂ ਪਰਦੇਸਾਂ ਦੇ ਵਿੱਚ ਇੱਕ ਸੰਗਤਾਂ ਤੇ ਜਿਹੜਾ ਕੀਰਤਨ ਐ ਨਾ ਉਹ ਸਰਵਣ ਕਰਿਆ ਕਰੇਗੀ ਤਾਂ ਕੀਰਤਨ ਕਰਕੇ ਗੁਰੂ ਨਾਨਕ ਮਹਾਰਾਜ ਜੀ ਦਾ ਉਪਦੇਸ਼ ਕਰ ਕਰ ਪਹੁੰਚਾਉਣਾ ਹੈ ਇਹ ਬਾਬਾ ਉੱਤਰਸੰਗ ਮਹਾਰਾਜ ਜੀ ਨੇ ਕਿਰਪਾ ਕੀਤੀ ਮਹਾਰਾਜ ਜੀਆਂ ਤੇ ਬਧੌਸੀ ਵਾਲੇ ਮਹਾਪੁਰਸ਼ ਆਪ ਸਭ ਜਾਣਦੇ ਹੋ ਇੱਕ ਦੂ ਇੱਕ ਝੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ ਸਟੇਜ ਉਤੇ ਇੱਕ ਦੋ ਇੱਕ ਮਹਾਪੁਰਸ਼ ਵਿਦਵਾਨ ਬੈਠੇ ਹੁੰਦੇ ਹਨ ਸਾਧ ਸੰਗਤ ਜੀ ਸਭ ਜਾਣਦੇ ਹਨ ਇਹ ਮਹਾਰਾਜ ਜੀ ਨੂੰ ਸਾਧ ਸੰਬਦੋਸੀ ਵਾਲੇ ਮਹਾਪੁਰਸ਼ਾਂ ਨੇ ਬਾਬਾ ਉੱਤਰ ਸਿੰਘ ਮਹਾਰਾਜ ਜੀ ਗੁਰਦੁਆਰਾ ਵਸਤੂਵਾਨਾ ਸਾਹਿਬ ਵਾਲਿਆਂ ਨੇ ਵੀ ਔਰ ਕਿਤਨਿਆਂ ਦੇ ਮਹਾਪੁਰਸ਼ਾਂ ਦਾ ਜਕਨ ਕਰੀਏ ਇਤਨੀ ਖੁਸ਼ੀ ਮਹਾਰਾਜਿਆਂ ਉੱਪਰ ਹੋਈ ਹਰ ਵਾਰ ਹਰ ਟਮ ਅੱਖਾਂ 'ਚੋਂ ਵਿਰਾਗ ਦਾ ਜਲ ਸੰਗਤਾਂ ਨੇ ਕਹਿਣਾ ਮਹਾਰਾਜ ਜੀ ਤੁਸੀਂ ਭਰੀ ਲਕੜਾਂ ਦੀ ਸਿਰ ਤੇ ਰੱਖਦੇ ਨੇ ਇਹਨਾਂ ਦਾ ਸਰੀਰ ਬਹੁਤ ਕਿਰਸ ਹੈ ਗੋਡੇ ਭੜਦੇ ਹਨ ਮਹਾਰਾਜ ਕਹਿੰਦੇ ਭਾਈ ਕਲ ਨੂੰ ਇਹਨੇ ਸੰਤ ਵਾਰਨਾ ਮਹਾਪੁਰਸ਼ ਦੁਨੀਆ ਦਾ ਕੋਈ ਵੀ ਬੰਦਾ ਇਹਨਾਂ ਨੂੰ ਉਂਗਲ ਨਾ ਕਰ ਦੇਵੇ ਕਿ ਇਹਨਾਂ ਵਿੱਚ ਆਹ ਘਾਟ ਹੈ ਆਹ ਘਾਟ ਹੈ ਕਹੇ ਬੇ ਕੋ ਸੋਭਾ ਨਹੀਂ ਦੇਖਾ ਹੀ ਪਰ ਵਨ ਅੱਜ ਆਪਾਂ ਦੇਖਦੇ ਹਾਂ ਨਿੰਦਕਾਂ ਨੇ ਬੜਾ ਜੋਰ ਲਾਇਆ ਬਦਨਾਮ ਕਰ ਦिए ਬਦਨਾਮ ਕਰ ਦिए ਬਰਸਾਤ ਸੰਗ ਜੀ ਮਹਾਪੁਰਸ਼ਾਂ ਦਾ ਜਿਹੜਾ ਸੁਭਾਅ ਸੀ ਨਾ ਕੋਈ ਪਾਪੀ ਆ ਗਿਆ ਕੋਈ ਪੁੰਨੀ ਆ ਗਿਆ ਕੋਈ ਚੋਰ ਆ ਗਿਆ ਕੋਈ ਠੱਗ ਆ ਗਿਆ ਜਿਵੇਂ بارش ਹੁੰਦੀ ਹੈ ਟੁੱਬਾ ਨਹੀਂ ਦੇਖਦੀ ਟੋਇਆ ਨਹੀਂ ਦੇਖਦੀ ਸਾਰੇ ਸਾਰੇ ਤੇ ਸਾਮ ਹੁੰਦੀ ਹੈ ਨਾ ਇਹੋ ਜੀ ਵਿਰਤੀ ਮਹਾਪੁਰਸ਼ਾਂ ਦੀ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੁਖ ਉਸ ਨਹੀਂ ਵਰ ਪੈ ਨਹੀਂ ਜਾਕੇ ਕੰਚਨ ਮਾਤੀ ਮੰਨਿਆ ਨਾ ਨਿੰਦਿਆ ਨਾ ਉਸ ਤਤ ਜਾਕੇ ਲੋਭ ਮੋਹ ਅਭਿਮਾਨਾ ਹਰ ਕੋ ਸੋਗ ਤੇ ਰਹੇ ਨਿਆਰੋ ਦਿਨ ਜਗ ਤਤ ਪਛਾਨ ਇਸ ਤਰ੍ਹਾਂ ਸਾਧ ਸੰਗਜ ਸਮਵਿਰਤੀ ਸਮਾ ਵੀ ਨੇੜੇ ਲੱਗ ਚੁੱਕਿਆ ਸਾਧ ਸੰਗ ਜੀ ਅੱਜ ਮਹਾਪੁਰਸ਼ਾਂ ਦੀ ਆਪਾਂ ਵਰਸੀ ਮਨਾ ਰਹੇ ਹਾਂ ਉਹ ਜੇ ਲੈ ਕੇ ਜਾਈਏ ਮਹਾਪੁਰਸ਼ਾਂ ਨੇ ਪਦਾਰਥ ਲਾਏ ਹਨ ਕਿਸੇ ਨੇ ਪਰਦਾਰਥ ਛਕਣਾ ਛਕਣ ਵਾਸਤੇ ਹੀ ਹਨ ਪਰ ਜਿਥੇ ਤਨ ਦੀ ਖੁਰਾਕ ਹੈ ਸਾਧ ਸੰਗ ਉੱਤੇ ਰੂਹ ਦੀ ਖੁਰਾਕ ਹੈ ਭਜਨ ਸਿਮਰਨ ਬੰਦਗੀ ਜੋ ਨਾ ਆਪਾਂ ਲੈ ਕੇ ਗਏ ਨਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨਾਂਦਿਆਂ ਸਭ ਅੰਗ ਤ੍ਰਿਗ ਤਿੰਨਾ ਦਾ ਜੀਵ ਅਜਨ ਸੱਚ ਨਾਲ ਲੱਗੋ ਰੰਗ ਪਿਟ ਇਹ ਬੇਹਾ ਜੀਵ ਅਜ ਤਖਾਏ ਵਧਾਇਆ ਪਿਟ ਉਹ ਗੱਲ ਨਾ ਹੋਵੇ ਵੀ ਖਾ ਪੀ ਕੇ ਘਰਾਂ ਨੂੰ ਮੁੜ ਕੇ ਨਹੀਂ ਸਾਧ ਸੰਗ ਜੀ ਕੋ ਕਿਨ ਕਾ ਲੈ ਕੇ ਜਾਈਏ ਮਹਾਪੁਰਸ਼ਾਂ ਦੀ ਜੀਵਨ ਦੇ ਵਿੱਚੋਂ ਸਾਂਝ ਕਰੀਜਾ ਗੁਣ ਹੈ ਕੇਰੀ ਛੋੜ ਅਭਗਣ ਚੱਲੀ ਹੈ ਮਹਾਰਾਜਿਆਂ ਨੇ ਸਾਧ ਸੰਗ ਖੁਸ਼ੀ ਦੇ ਵਿੱਚ ਬਚਨ ਕੀਤੇ संत महाराज अतरसंग महाराज जी पियाना करके सचखंड बक्षरां दे के बाबा भगवान सिंह जी महाराज बाबा ईश्वर सिंह जी महाराज दर्शन वास्ते ਨੌ ਲੈਣਾ ਪੈਂਦਾ ਹੈ ਸਾਡੀ ਕੋਈ ਸਾਧ ਸੰਗਤ ਉਹਨਾਂ ਦਾ ਨੌਨ ਲੈਣਾ ਉਸਤਾ ਕੀ ਮਾਖ ਬਾਬਾ किशन सिंह महाराज जी ਰੌਮਪੁਰ ਦੀ ਧਰਤੀ ਤੋਂ ਰਾੜੇ ਦੀ ਟੱਕੀ ਨੂੰ ਆਗ ਲਾਏ ਸਾਧ ਸੰਗਤ ਜਿੱਥੇ ਦਿਨੇ ਵੀ ਕੋਈ ਡਰਦਾ ਜਾਂਦਾ ਨਾ ਚੋਰ ਹੋ ਚੁੱਕੇ ਲੁੱਟ ਲੈਂਦੇ ਰੱਬ ਨੂੰ ਵੀ ਮੰਨਣਾ ਪੈ ਜਾਵੇ ਕੀਤਾ ਅਰਦਾਸਾਂ ਸੰਤਾਂ ਦਾ ਜੰਗਲਾਂ ਵਿੱਚ ਮੰਗਣ ਲਾ ਲਿੰਦੇ ਜਿੱਥੇ ਵਾਸਾ ਹੋਵੇ ਸੰਤਾਂ ਦਾ ਨਗਰ ਬੈਕੁੰਠ ਜਹਾਂ ਸੰਤ ਵਾਸਾ ਪ੍ਰਭ ਚਰਨ ਕਬਲ ਰਦਮਾਹੇ ਨਵਾਸਾ ਏਰੂ ਦੀ ਧਰਤੀ ਨੂੰ ਭਾਗ ਲਾਏ ਰਾਣਾ ਸਾਹਿਬ ਆ ਕੇ ਸਾਧ ਸੰਗ ਜੀ ਮਹਾਪੁਰਸ਼ਾਂ ਨੇ ਛੰਨ ਬਣਾਈ ਛੰਨ ਬਣਾਈ ਸਾਸਗ੍ਰਹਿਣ ਵਾਸਤੇ ਸੇਕ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਆਪਰ ਕਿਰਪਾ ਹੈ ਮਹਾਪੁਰਸ਼ਾਂ ਦੀ ਕੀਰਤਨ ਸਰਵਨ ਕਰਾਓ ਕਹਿੰਦੇ ਭਾਈ ਮਹਾਰਾਜ ਜੀ ਦਾ ਸਰੂਪ ਲਿਆਓ ਸਰੂਪ ਲੈੰਦਾ ਗਿਆ ਮਹਾਪੁਰਸ਼ਾਂ ਨੇ ਛਾਣ বাজਾਈ ਸਰੂਪ ਲਿਆ ਕੇ ਹੁਕਮਨਾਮਾ ਲਿਆ ਛਾਣ বাজਾਈ ਐਸਾ ਧਾਰਨਾ ਬੜੀ ਭਲੀ ਸ਼ੋਹਾਵੀ ਛਾਪਰੀ ਜਾਮੈਂ ਗੁਣ ਗਾਏ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਤੋਇਨ ਚੋਵਾਰੇ ਜਿੱਥੇ ਨਾਮ ਨਜਪਿਆ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜਿਓ ਲਹਿਰਾਂ ਵੈਰਾਂ ਹੋ ਗਈਆਂ ਜਿੱਥੇ ਕੀਰਤਨ ਦੀਆਂ ਤੁਨਾ ਸਪੀਕਰ ਨਹੀਂ ਸੰਗ ਤਾਂ ਗੱਦਗੱਦ ਹੋ ਗਈਆਂ ਮਹਾਰਾਜ ਜੀ ਕਿਰਪਾ ਕਰੋ ਰੋਜ਼ ਕੀਰਤਨ ਪਿੰਡਾਂ ਪਿੰਡਾਂ ਦੇ ਵਿੱਚ ਮਹਾਰਾਜ ਕਹਿੰਦੇ ਭਜਤਨਾ ਸਮਾਂ ਨਹੀਂ ਪਿੰਡਾਂ ਦੀ ਸੰਗਤਾਂ ਨੇ ਫਿਰ ਆ ਚਾਰ ਚਾਰ ਪਿੰਡਾਂ ਨੇ ਮਿਲ ਕੇ ਕੀਰਤਨ ਰੰਭ ਹੋ ਗਏ ਸਾਧ ਸੰਗ ਜੀ ਬਾਹਲੀਆਂ ਕੰਟਰੀਆਂ ਦੇ ਵਿੱਚ ਕੀਰਤਨ ਦੇਸਾਂ ਪਰਦੇਸਾਂ ਵਿੱਚ ਰਾੜਾ ਸਾਹਿਬ ਦੀਆਂ ਧੁੰਮਾਂ ਪੈ ਗਈਆਂ ਤੇ ਸਾਧ ਸੰਗ ਜਿਹੜਾ ਹੀਰਾ ਹੈ ਨਾ ਹੀਰਾ ਉਹਦੀ ਕੀਮਤ ਪੈਂਦੀ ਐ ਸਾਧ ਸੰਗ ਜੀ ਜਿਹੜੇ ਨਿੰਦਕ ਹਨ ਬਿੰਨ ਗਾਹਕ ਕੋਲ ਵੇਚੀ ਐ ਤਾਉ ਗੁਣ ਸਹਿ ਕੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਾਉ ਗੁਣ ਲੱਖ ਬਿਕਾਈਂ ਦੇਸਾਂ ਪਰਦੇਸਾਂ ਵਿੱਚ ਗੁਣਾਂ ਦੀ ਖਿੱਚ ਪਈ ਕੀਰਤਨ ਦੀ ਮਾਇਆ ਨੂੰ ਹੱਥ ਨਹੀਂ ਲਾਇਆ ਚਲੋ ਮਾਇਆ ਨਾਲ ਸਾਰੇ ਕਾਰਜ ਹੁੰਦੇ ਹਨ ਸਾਧ ਸੰਗ ਜੀ ਪਰ ਦਵਾਨ ਸ਼ੁਰੂ ਹੋਏ ਸਾਧ ਸੰਗਤ ਜੀ ਟਾਈਮ ਤੇ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਘੜੀ ਦਿੱਤੀ ਮਹਾਰਾਜ ਜੀ ਨੇ ਕਹਤੇ ਹੋਇਆ ਵੀ ਲੇਟ ਹੋ ਕੇ ਘੜੀਆਂ ਮਲਾ ਲੈਂਦੇ ਲੋਕ ਸਾਧ ਸੰਗਤ ਜੀ ਛੋਟੇ ਮਹਾਰਾਜ ਜੀ ਨੂੰ ਮਾਇਆ ਦਿੱਤੀ ਲੋਹੇਦਾਰ ਪਈਆ ਕਹ ਲੋ ਮਾਇਆ ਤੋਂ ਕੰਮ ਲਿਆ ਕਹਿੰਦੇ ਵੀ ਇੱਕ ਮਿਆਂ ਚ ਇੱਕ ਪਰ ਦੇਖੋ ਮਹਾਪੁਰਸ਼ ਰਾਏ ਨਾ ਕਿੰਨਾ ਪ੍ਰੇਮ ਸੀ ਮਹਾਪੁਰਸ਼ ਬਚਨ ਸੁਣਾਇਆ ਕਰਦੇ ਤੇ ਸਾਧ ਸੰਗਤ ਜੀ ਬਾਬਾ ਜੀਆਂ ਨੂੰ ਛੋਟੇ ਮਹਾਰਾਜ ਜੀ ਨੇ ਅਤਰ ਸਰ ਭੇਜਿਆ ਕਹਿੰਦੇ ਜਾਓ ਅਸਥਾਨ ਅਸਥਾਨੇ ਜਾ ਕੇ ਸੇਵਾ ਕਰੋ ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਹੋ ਰਹਿ ਨਸ ਕਾਂ ਬਨ ਦੇਖੇ ਮੇਰੇ ਪ੍ਰੀਤਮਾ ਮੈਂ ਨੀਰ ਵਹਿ ਬਹਿ ਚੱਲੇ ਜੂ ਕਹਿੰਦੇ ਜਾ ਰੋਜ਼ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਾਂਗੇ ਬਾਬਾ ਰਤਨ ਸਿੰਘ ਮਹਾਰਾਜ ਜੀ ਨੇ ਫਿਰ ਸੇਵਾ ਆਰੰਭ ਕਰ ਦਿੱਤੀ ਰੋਜ਼ ਛੋਟੇ ਮਹਾਰਾਜ ਦਰਸ਼ਨ ਦੇਣ ਆਉਂਦੇ ਕਹਿੰਦੇ ਰਤਨ ਸਿੰਘ ਜੀ ਲੱਗ ਗਿਆ ਕਹਿੰਦੇ ਹਾਂ ਮਾਰ ਤੁਹਾਡੀ ਕਿਰਪਾ ਲੱਗ ਗਿਆ ਕਹਿੰਦੇ ਚੰਗੋ ਲੱਗ ਗਿਆ ਕਹਿੰਦੇ ਚੰਗੋ ਹੀ ਲੱਗ ਗਿਆ ਕਹਿੰਦੇ ਚੰਗਾ ਰਹੇਗਾ ਗੱਜ ਕੇ ਆਖੋ ਸਤਨਾ ਤੇਰੀ ਵਾਹਿਗੁਰੂ ਮਹਾਰਾਜਿਆਂ ਦੀ ਬਾਬਾ ਰਤਨ ਸਿੰਘ ਦੀ ਉਮਰ ਘੱਟ ਸੀ ਹੱਥ ਦਿਖਾਇਆ ਮਹਾਰਾਜ ਜੀ ਨੂੰ ਮਹਾਰਾਜ ਦੇਖੋ ਕਹਿੰਦੇ 60 ਸਾਲ ਉਮਰ ਹੈ ਮਹਾਰਾਜਿਆਂ ਕੋਲ ਚਲੇ ਗਏ ਦੂਸਰੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜੇ ਸੇਵਾ ਲੈਣੀ ਹੋਵੇ ਤੇ ਮਹਾਪੁਰਸ਼ ਬਧਾ ਵੀ ਦਿੰਦੇ ਹਨ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਤਾਰਨਾ ਪੜ ਕੇ ਸਮਾ ਹੋ ਗਿਆ ਸਾਸਨ ਭੁੱਲਾਂ ਦੀ ਖੇਮਾ ਤਪ ਸਥਾਨ ਗੁਰਦੁਆਰਾ ਸ੍ਰੀ ਅੱਤਰਸਰ ਸਾਹਿਬ ਤੋਂ ਜਥਾ ਆਇਆ ਥਾਰੀਆਂ ਸੰਗਤਾਂ ਦਾ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸਭ ਤੋਂ ਧੰਨਵਾਦ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੋਈ ਬਡਾ ਜੀ ਨੇ ਰਾਮ ਲੇਵ ਲਈ ਉਹੀ ਵੱਡਾ ਜੀਨੇ ਰਾਮ ਲੈ ਬਲਾਈ ਐ ਸੋਈ ਵੱਡਾ ਜੀਨੇ ਰਾਮ ਲੈ ਵਲਾਈ ਐ ਸੋਈ ਵੱਡਾ ਜੀਨੇ ਰਾਮ ਲੈ ਵਲਾਈ ਐ ਕੌਣ ਵੱਡਾ ਮੜਿਆ ਵਡਿਆਈ ਸੋ ਘਟਾ ਜਿਨ ਰਾਮ ਲੈ ਵਲਾਈ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ